ਵਿਆਹ ਦੇ ਵਿੱਚ ਬਹੁਤ ਹੀ ਭਾਰੀ ਇਧਰਲੇ ਪਾਸੇ ਆਓ ਸਾਰੇ ਉਬਰਾ ਵੀ ਬਹੁਤ ਭਾਰੀ ਇਕੱਠਾ ਬਾਬੇ ਰੌਣਕਾਂ ਲੱਗ ਚੁੱਕੀਆਂ ਨੇ ਕੋਈ ਵੀ ਬੰਦਾ ਨਹੀਂ ਰਿਹਾ ਸਾਰਾ ਪਿੰਡ ਬਹਿ ਗਏ ਬਹੁਤ ਸਿਆਣੇ ਸਾਡੇ ਪਿੰਡ ਦੇ ਬੰਦੇ ਬਹਿ ਗਏ ਬਹੁਤ ਸੂਝਵਾਨ ਬੰਦੇ ਨੇ ਬਸ ਦੇ ਬਾਅਦ ਸ਼ੂਟ ਚੱਲਣਾ ਰਾਹਾਂ ਵਿੱਚ ਭਟਕ ਰਹੇ ਨੇ ਮੈਂ ਨੰਬਰ ਲਿਖਦਾ ਫਟਾਫਟ ਆ ਜਾਓ ਆਰਕੈਸਟਰ ਦਾ ਪ੍ਰੋਗਰਾਮ ਸ਼ੁਰੂ ਕਰਨ ਲੱਗੇ ਆ ਠੀਕ ਹੈ ਆਰਕੈਸਟਰ ਦੇ ਕੱਪੜੇ ਚੇਂਜ ਕਰ ਰਹੇ ਫਟਾਫਟ ਆ ਜਾਓ ਮੈਂ ਨੰਬਰ ਪਾਉਣਾ ਫੋਨ ਕਰ ਲਓ ਠੀਕ ਹੈ ਆ ਰੀਸ਼ੂ ਦੋ ਜਿਹੜਾ ਗਾਲਾਂ 'ਚ ਕੱਢਦਾ ਸੀ ਨਾ ਭੈਣ ਚੋ ਤੇਰੀ ਬੁੰਡ 'ਚ ਪਾ ਕੇ ਨਾ ਬਾਂਹ ਫੇਰਤੀ ਨਾ ਇੰਨੇ ਬੰਦਿਆਂ ਨੂੰ ਦੇਖ ਲੈ ਕਿੰਨੇ ਬੰਦੇ ਦੇਖ ਲੈ ਸਾਰਿਆਂ ਦੀ ਉਂਗਲ ਵੀ ਨੀ ਪੈਣੀ ਕੱਲੇ ਕੱਲੇ ਦੀ ਸਿੱਧਾ ਕੇ ਮਿਲ ਭੈਣ ਚੋ ਤਾਂ ਲਾਇਵ 'ਚ ਗਾਲਾਂ ਕੱਢਦਾ ਭੋਸੜੀ ਦਾ ਲੌਂਡਾ ਵਾਲਾ ਬਹੁਤ ਭਾਰੀ ਇਕੱਠ ਹੈ ਗੱਡੀਆਂ ਕਢਾਉਣ ਨੂੰ ਥਾਂ ਨਹੀਂ ਹੈਗਾ ਬਾਬਿਓ ਰੋਡ ਜਾਮ ਹੋ ਚੁੱਕੇ ਨੇਗੇ ਇਹਦੇ ਬਾਅਦ ਸਾਰੀਆਂ ਸੜਕਾਂ ਬਲੌਕ ਹੋਣਗੀਆਂ ਸੂਤਰਾਂ ਅਨੁਸਾਰ ਪਤਾ ਲੱਗਿਆ ਕਿ ਪਾਨਾ ਸਿੱਧੂ ਫਾਰਮ ਵਿੱਚ ਪਹੁੰਚ ਚੁੱਕੇ ਨੇ ਬਾਬਿਓ ਬਹੁਤ ਹੀ ਜ਼ਿਆਦਾ ਸਖਸੀ ਮੌਸਮ ਹੈ ਇਤਨਾ ਸਖਸੀ ਮੌਸਮ ਹੈ ਇੰਨੀ ਜ਼ਿਆਦਾ ਠੰਡ ਹੈ ਪਹਿਲਾਂ ਜਦੋਂ ਮੈਂ ਫੋਟੋ ਕਰਾਉਂਦਾ ਮੇਰੇ ਕੱਛਾਂ 'ਚ ਮੁੜ ਕੇ ਆ ਗਿਆ ਬਹੁਤ ਨਜ਼ਾਰੇਦਾਰ ਬਾਬਿਓ ਮੌਸਮ ਹੈ ਇੰਨਾ ਬੜ ਕੱਟ ਗੱਲ ਬਹੁਤ ਕਹਿੰਦਾ ਬਾਬਿਓ ਭੰਨ ਦੇ ਗੱਪ ਸੁਣ ਸੁਣ ਕੇ ਰੱਬ ਦਿਆਲ ਹੋ ਗਿਆ ਮੀਂਹ ਆ ਚੁੱਕਿਆ ਬਹੁਤ ਹੀ ਸੈਕਸੀ ਮੌਸਮ ਹੈ ਠੰਡਾ ਠੰਡਾ ਕੂਲ ਪਹਿਲਾਂ ਮੂਹਰੇ ਮੋਟਰਸਾਈਕਲ ਲਾ ਲਓ ਸਾਰੇ ਜਣੇ ਆ ਜਾਓ ਕਰਕੇ ਲਵਾਉਣਾ ਮੈਂ ਸਾਰੇ ਹੱਥ ਬੰਨ ਰਿਹਾ ਇਹਦੀ ਇਹਦੀ ਜੁੜ ਲੈ ਹੱਥ ਬੰਨ ਕੇ ਫਿਰ ਯਾਰ ਫਿਰ ਵਰਗਾ ਕੀ ਕਰਾ ਲਓ ਗੱਡੀਆਂ ਮੋੜੋ ਯਾਰ ਗੱਡੀਆਂ ਮੋਟਰਸਾਈਕਲ ਮੂਹਰੇ ਲਾ ਲਓ ਹਾਂ ਚੱਕੇ ਜਾਮ ਕਰਾ ਦੇ ਓਏ ਕਿੰਨਾ ਕੱਤਰ ਵਾਂ ਬਾਈ ਮੈਨੂੰ ਗੱਲ ਕਰ ਲੈ ਬਾਈ ਮੈਨੂੰ